ਹਰਦੀਪ ਸਿੰਘ ਲਾਲੀ, ਸਾਬਕਾ ਜਨਰਲ ਸੈਕਟਰੀ ਯੂਥ ਕਾਂਗਰਸ। ਅੱਜ ਆਪਾਂ ਸ਼੍ਰੀ ਮਨੀਸ਼ ਤਿਵਾੜੀ ਜੀ ਦੇ ਬਾਰੇ ਗੱਲਬਾਤ ਕਰਾਂਗੇ। ਸ਼੍ਰੀ ਮਨੀਸ਼ ਤਿਵਾੜੀ ਜੀ ਹਲਕਾ ਅਨੰਦਪੁਰ ਸਾਹਿਬ ਦੇ ਉਮੀਦਵਾਰ ਨੇ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਆਉਣ ਵਾਲੀ 19 ਮਈ ਨੂੰ ਆਪਾਂ ਮਨੀਸ਼ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ। ਮੈਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਜਾਵਾਂਗਾ ਮਨੀਸ਼ ਜੀ ਦੇ, ਸਾਡੇ ਵਿਰੋਧੀ ਧਿਰ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਇਲਜ਼ਾਮ ਲਾਉਂਦੇ ਆ ਕਿ ਉਹ ਬਾਹਰਲੇ ਨੇ। ਮੈਂ ਚੰਦੂ ਮਾਜਰਾ ਜੀ ਨੂੰ ਕਹਿਣਾ ਚਾਹੁੰਦਾ ਕਿ ਮਨੀਸ਼ ਜੀ ਚੰਡੀਗੜ੍ਹ 'ਚ ਪੜ੍ਹੇ ਆ, ਚੰਡੀਗੜ੍ਹ ਕਾਲਜ ਦੇ ਪ੍ਰਧਾਨ ਰਹੇ ਆ, ਚੰਡੀਗੜ੍ਹ ਯੂਨੀਵਰਸਿਟੀ 'ਚ ਰਹੇ ਆ, ਚੰਡੀਗੜ੍ਹ 19 ਸੈਕਟਰ 'ਚ ਉਹਨਾਂ ਦੀ ਕੋਠੀ ਹੈ। ਸਾਡੇ 9 ਦੇ 9 ਹਲਕੇ ਆ ਜਿਹੜੇ ਉਹ ਚੰਡੀਗੜ੍ਹ ਤੋਂ ਨੇੜੇ ਪੈਂਦੇ ਆ, ਪਟਿਆਲੇ ਤੋਂ ਦੂਰ ਪੈਂਦੇ ਆ। ਮੈਂ ਸ਼੍ਰੀ ਚੰਦੂ ਮਾਜਰਾ ਨੂੰ ਕਹਿਣਾ ਚਾਹੂੰਗਾ ਕਿ ਕੁਛ ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਮੈਂ ਚੰਦੂ ਮਾਜਰਾ ਜੀ ਨੂੰ ਕਹਿਣਾ ਚਾਹੂੰਗਾ ਕਿ ਉਹ ਮਨੀਸ਼ ਜੀ ਨਾਲ ਪੰਜਾਬੀ ਹੀ ਬੋਲ ਕੇ ਦੇਖ ਲੈਣ, ਇੰਨੀ ਗੂੜੀ ਉਹ ਪੰਜਾਬੀ ਬੋਲਦੇ ਆ ਮਨੀਸ਼ ਜੀ, ਇੰਨੀ ਵਧੀਆ ਪੰਜਾਬੀ ਬੋਲਦੇ ਆ। ਇੱਕ ਇਮਾਨਦਾਰ, ਨਾ ਤਾਂ ਉਹਨਾਂ ਦੇ ਕੋਈ ਬਜਰੀ ਦਾ, ਨਾ ਰੇਤਾ ਦਾ, ਨਾ ਕੋਈ ਉਹਨਾਂ ਨੇ ਆਪਦਾ ਪੈਸਾ ਬਾਹਰਲੇ ਹਲਕੇ 'ਚ ਲਾਇਆ, ਆਪਦੇ ਹਲਕੇ ਦਾ ਪੈਸਾ ਆਪਦੇ ਹਲਕੇ 'ਚ ਹੀ ਲਾਇਆ। ਉਹ ਲੁਧਿਆਣੇ ਤੋਂ MP ਵੀ ਰਹੇ ਆ, ਮਿਨਿਸਟਰ ਵੀ ਰਹੇ ਆ, ਬੜੇ ਤਜਰਬੇਕਾਰ ਲੀਡਰ ਹੈਗੇ ਆ। ਮੈਂ ਸਾਰੇ ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ 19 ਮਈ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਈਏ, ਤਾਂ ਜੋ ਤਜਰਬੇਕਾਰ ਬੰਦੇ ਨੂੰ ਆਪਾਂ ਆਪਦੇ ਹਲਕੇ ਦੀ ਵਾਗਡੋਰ ਫੜਾਈਏ। ਅੱਜ ਕੱਲ੍ਹ ਅਸੀਂ ਸੰਨੀ ਇਨਕਲੇਵ ਵਿੱਚ ਡੋਰ ਟੂ ਡੋਰ ਕਰ ਰਹੇ ਹਾਂ। ਮੈਂ ਅਤੇ ਸਰਦਾਰ ਗਿਆਨ ਸਿੰਘ ਬਾਜਵਾ ਜੀ, ਅਸੀਂ ਕੱਲ੍ਹ ਅਸੀਂ ਨਿਊ ਸੰਨੀ ਵਿੱਚ ਕੀਤਾ ਸੀ, ਅੱਜ ਅਸੀਂ ਓਲਡ ਸੰਨੀ ਵਿੱਚ ਜਾ ਰਹੇ ਹਾਂ। ਸਾਨੂੰ ਸੰਨੀ ਇਨਕਲੇਵ ਦੇ ਲੋਕਾਂ ਦਾ ਬੜਾ ਵਧੀਆ ਹੰਗਾਰਾ ਮਿਲ ਰਿਹਾ ਹੈ। ਸਾਡੇ ਹਰ ਗਲੀ ਦੇ ਵਿੱਚ, ਹਰ ਮੁਹੱਲੇ ਵਿੱਚ ਸਾਡੇ ਨਾਲ ਜੁੜ ਕੇ ਸਾਡੇ ਲੋਕ ਸਾਡੇ ਨਾਲ ਅੱਗੇ ਜਾਂਦੇ ਨੇ। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਨੂੰ ਇੰਨਾ ਵਧੀਆ ਹੰਗਾਰਾ ਮਿਲ ਰਿਹਾ ਹੈ। ਮਨੀਸ਼ ਜੀ, ਹਰ ਬੰਦਾ ਮਨੀਸ਼ ਜੀ ਦੀ ਤਾਰੀਫ ਕਰਦਾ ਹੈ, ਹਰ ਬੰਦਾ ਇਹ ਕਹਿੰਦਾ ਜੀ ਤੁਸੀਂ 1 ਲੱਖ ਵੋਟ 'ਤੇ ਜਿੱਤੋਗੇ। ਸਾਨੂੰ ਇਸ ਗੱਲਾਂ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸੰਨੀ ਇਨਕਲੇਵ ਦੇ, ਵੀ ਤੁਸੀਂ ਸਾਡਾ ਸਾਥ ਦਿਓ ਕਿ ਇੱਕ ਇਮਾਨਦਾਰ ਪੜ੍ਹਿਆ ਲਿਖਿਆ ਸੁਪਰੀਮ ਕੋਰਟ ਦਾ ਵਕੀਲ ਨੂੰ ਆਪਾਂ ਆਪਦੇ ਹਲਕੇ ਦੀ ਵਾਗਡੋਰ ਫੜਾਈਏ, ਤਾਂ ਜੋ ਹਲਕੇ ਨੂੰ ਅੱਗੇ ਲਿਜਾ ਸਕਣ।